ਹੈਲੋ, ਵੈਰੀ ਗੁੱਡ ਵੈਰੀ ਗੁੱਡ ਜੀ, ਵੈਰੀ ਖਾਲਸਾ ਵੈਰੀ ਫਤਿਹ ਜੀ। ਹਾਂਜੀ, ਗੁਰਦੁਆਰੇ ਠੀਕ ਤੋਂ ਠਾਕ ਜੀ। ਮੈਂ ਚੜ੍ਹਦੀ ਕਲਾ ਜੀ, ਚੜ੍ਹਦੀ ਚੜ੍ਹਦੀ ਕਲਾ ਚਾਹੀਦੀ ਹੈ। ਅਤੇ ਅਸੀਂ ਸਰ ਇਹ ਪੁੱਛਣਾ ਸੀਗਾ, ਮਤਲਬ ਮੀਡੀਆ ਤੋਂ ਬੋਲਦੇ ਪਏ ਹਾਂ, ਵਾਸ ਜੀ ਮੀਡੀਆ ਤੋਂ, ਜੀ ਵੀ ਜੀ ਜਿਹੜੀ ਇੱਕ ਤੁਸੀਂ ਕਾਲ ਦਿੱਤੀ ਪਈ ਹੈ 13 ਫਰਵਰੀ ਦੀ, ਹਾਂਜੀ, ਉਹਦੇ ਉੱਤੇ ਇੱਕ ਮਤਲਬ ਗੁਰਨਾਮ ਸਿੰਘ ਚਰੂਨੀ ਦਾ ਵੀ ਇੱਕ ਬਿਆਨ ਆਇਆ ਬੜਾ ਕਾਫੀ ਵੱਡਾ, ਜਿਹਦੇ ਉੱਤੇ ਜੀ ਉਹਨਾਂ ਨੇ ਗੱਲ ਕਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਇਹ ਕਾਲ ਨਹੀਂ ਹੈ ਅਤੇ ਜੀ ਮੇਰੇ ਨਾਲ ਵੀ ਕੋਈ ਇਹਦੇ ਵਿੱਚ ਸਲਾਹ ਨਹੀਂ ਕੀਤੀ ਗਈ। ਜੀ ਜੀ ਅਤੇ ਲੋਕਾਂ ਦੇ ਵਿੱਚ ਇਹ ਮਤਲਬ ਬੜਾ ਇੱਕ ਭੰਬਲ ਭੂਸਾ ਬਣਿਆ ਪਿਆ ਹੈ ਕਿ ਮਤਲਬ ਇਹ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਹੈ ਜਾਂ ਇਹ ਕਿੰਨਾ ਦੀ ਕਾਲ ਹੈ, ਕਿੰਨੀਆਂ ਜਥੇਬੰਦੀਆਂ ਦੇ ਵਿੱਚ ਦੇਖੋ, ਇਨਵੋਲਵ ਨੇ, ਉਹਦੇ ਬਾਰੇ ਜਾਣਕਾਰੀ ਚਾਹੀਦੀ ਮੈਨੂੰ। ਹਾਂਜੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਹੈ। ਹਾਂਜੀ ਉਦੋਂ ਚੱਲਦੇ ਸੰਘਰਸ਼ ਦੇ ਦੌਰਾਨ ਹੋਇਆ ਕੀ ਸੀ ਵੀ ਕੁਝ ਉੱਥੇ ਲੋਕਾਂ ਨੇ ਚੋਣਾਂ ਲੜਨ ਦਾ ਭਰਮ ਪਾਲ ਲਿਆ। ਹਾਂਜੀ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਇਹ ਸੀਗਾ ਕਿ ਚੋਣਾਂ ਲੜਨ ਵਾਲੇ ਲੋਕ ਰਾਜਨੀਤਿਕ ਲੋਕਾਂ ਨੂੰ ਅਸੀਂ ਸਟੇਜ ਤੇ ਨਹੀਂ ਬੈਠਣ ਦੇਵਾਂਗੇ। ਜੀ ਜਿਨ੍ਹਾਂ ਜਥੇਬੰਦੀਆਂ ਨੇ ਚੋਣਾਂ ਲੜਨ ਦੀ ਗੱਲ ਕੀਤੀ, ਜਿਨ੍ਹਾਂ ਜਥੇਬੰਦੀਆਂ ਨੇ ਪੋਲੀਟੀਕਲ ਪਾਰਟੀਆਂ ਬਣਾਈਆਂ, ਜਿਨ੍ਹਾਂ ਚੋਂ ਗੁਰਨਾਮ ਸਿੰਘ ਚੜੂਨੀ ਪਹਿਲੇ ਨੰਬਰ ਤੇ ਸੀ, ਹਾਂਜੀ ਹਾਂਜੀ, ਫਿਰ ਉਸ ਤੋਂ ਬਾਅਦ ਇੱਥੇ ਆ ਕੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਤੋਂ 4 ਦਿਨ ਬਾਅਦ ਪੰਜਾਬ ਵਾਲੇ ਵੀ 22 ਜਥੇਬੰਦੀਆਂ ਰਲ ਕੇ ਇੱਥੇ ਇੱਕ ਮੋਰਚਾ ਬਣਾ ਲੈਂਦੀਆਂ। ਜੀ ਇਹਨਾਂ ਸਾਰਿਆਂ ਨੂੰ ਸਮੇਤ ਰਾਜੇਵਾਲ ਤੇ ਉਹਨਾਂ ਦੇ ਸਾਥੀ ਤੇ ਸਮੇਤ ਗੁਰਨਾਮ ਸਿੰਘ ਚੜੂਨੀ ਤੇ ਇਹਨਾਂ ਦੇ ਸਹਿਯੋਗੀਆਂ ਦੇ ਸਮੇਤ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ, ਇਹਨਾਂ ਨੂੰ ਮੁਅੱਤਲ ਕਰ ਦਿੱਤਾ, ਇਹਨਾਂ ਨੂੰ 4 ਮਹੀਨਿਆਂ ਵਾਸਤੇ। ਠੀਕ ਹੈ, ਠੀਕ ਹੈ ਜੀ। ਹਾਂਜੀ, ਜਦੋਂ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕਲੇਸ਼ ਪੈਣਾ ਸ਼ੁਰੂ ਹੋ ਗਿਆ, ਵੱਧ ਗਿਆ। ਇਹਨਾਂ ਨੇ ਸਗੋਂ ਆਪਣੇ ਜਾਣੀ ਕਿ ਜਦੋਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਮਤਲਬ ਅਸਫਲ ਹੋਏ ਜੀ ਜੀ ਤੇ ਇਹਨਾਂ ਨੇ ਫੇਰ ਮੋਰਚੇ ਦੇ ਵਿੱਚ ਆਉਣ ਦੇ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਜਦਕਿ ਮੋਰਚਾ ਜਿਹੜਾ ਸੀ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ। ਜੀ ਫੇਰ ਕੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਸਾਰੀਆਂ ਯੂਨੀਅਨਾਂ ਜਿਹੜੀਆਂ ਨੇ ਉਹ ਹਮੇਸ਼ਾ ਹੀ ਸਰਕਾਰ ਪੱਖੀ ਕੰਮ ਕਰਦੀਆਂ ਨੇ। ਹਾਂਜੀ ਬਹੁਤ ਸਾਰੇ ਵਰਗ ਪਹਿਲਾਂ ਹੀ ਐਸੇ ਸਨ ਜਿਹੜੇ ਮਤਲਬ ਚੋਣਾਂ ਲੜਦੇ ਸਨ, ਔਰ ਇੱਕ ਸਾਜਿਸ਼ ਤਹਿਤ ਉਹ ਕੁਝ ਸਾਡੇ ਵਿੱਚੋਂ ਹੀ ਜਿਹੜੇ ਬੰਦੇ ਸੀਗੇ ਨਾ ਜਿਹੜੇ ਬਾਹਰ ਸੀਗੇ ਜਿਹਨਾਂ ਚੋਣਾਂ ਨਹੀਂ ਸੀ ਲੜੀਆਂ, ਹਾਂਜੀ ਹਾਂਜੀ, ਉਹਨਾਂ ਨੇ ਇਹਨਾਂ ਦੀ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਕਿ ਇਹਨਾਂ ਨੂੰ ਬਿਨਾਂ ਸ਼ਰਤ ਮੋਰਚੇ ਦੇ ਵਿੱਚ ਲੈ ਲਿਆ ਜਾਵੇ, ਜਦਕਿ ਅਸੀਂ ਚਾਹੁੰਦੇ ਸਾਂ ਜਿਹੜੇ ਨੌਨ ਪੋਲੀਟੀਕਲ ਲੋਕ ਸੀਗੇ ਮੋਰਚੇ ਦੇ ਵਿੱਚ, ਮੋਰਚੇ ਦੀ ਅਸਲ ਮੁਹਾਂਦਰੇ ਨੂੰ ਜਿਨ੍ਹਾਂ ਨੇ ਕਾਇਮ ਰੱਖਿਆ ਕਿ ਇਹ ਨੌਨ ਪੋਲੀਟੀਕਲ ਹੈ ਤੇ ਨੌਨ ਪੋਲੀਟੀਕਲ ਹੀ ਰਹੇਗਾ, ਅਸੀਂ ਜਿਨ੍ਹਾਂ ਲੋਕਾਂ ਨੇ ਉਹਦੇ ਮੁਹਾਂਦਰੇ ਨੂੰ ਕਾਇਮ ਰੱਖਿਆ ਅਸੀਂ ਚਾਹੁੰਦੇ ਹਾਂ ਵੀ ਇਹ ਜਾਂ ਤਾਂ ਆਪਣੀ ਗਲਤੀ ਮੰਨਣ ਜੀ ਜੀ ਤੇ ਨੌਨ ਪੋਲੀਟੀਕਲ ਦੇ ਸਿਧਾਂਤ ਦੇ ਮੁਤਾਬਕ ਚੱਲਣ ਜੀ ਤੇ ਫਿਰ ਤਾਂ ਇਹਨਾਂ ਨੂੰ ਵਾਪਸ ਲਵਾਂਗੇ, ਪਰ ਇਹਨਾਂ ਨੇ ਮਤਲਬ ਸਾਰੇ ਜਿਹੜੇ ਸੀ ਨੌਨ ਪੋਲੀਟੀਕਲ ਦੇ ਅਸੂਲਾਂ ਨੂੰ ਛਿੱਕੇ ਢੰਗਦੇ ਹੋਏ ਜੀ ਜੀ ਇਹ ਸਾਰੇ ਇੱਕ ਪਾਸੇ ਇਕੱਠੇ ਹੋ ਕੇ ਜਿਹੜੇ ਪਹਿਲਾਂ ਕਿ ਕੁਝ ਸਮਾਂ ਪਹਿਲਾਂ 14 ਮਾਰਚ 2022 ਨੂੰ ਜਿਹੜੀਆਂ ਜਥੇਬੰਦੀਆਂ ਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਦੇ ਵਿਰੋਧ ਦੇ ਵਿੱਚ ਨੌਨ ਪੋਲੀਟੀਕਲ ਦੇ ਹੱਕ 'ਚ ਖੜੀਆਂ ਸਨ ਜੀ, ਉਹਨਾਂ ਨੇ ਵੀ ਬਾਅਦ ਦੇ ਵਿੱਚ 2 ਮਹੀਨੇ ਬਾਅਦ ਇਹਨਾਂ ਵੱਲ ਨੂੰ ਮੂਵ ਹੋਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੀ ਵਕਾਲਤ ਸ਼ੁਰੂ ਕਰ ਦਿੱਤੀ। ਅਖੀਰ ਇਹ ਚੱਲਿਆ, ਮਈ ਦਾ ਮਹੀਨਾ ਚੱਲਿਆ, ਜੂਨ ਚੱਲਿਆ, ਅਖੀਰ ਇਹਨਾਂ ਨੇ 3 ਜੁਲਾਈ ਨੂੰ ਗਾਜ਼ੀਆਬਾਦ ਦਿੱਲੀ ਮੀਟਿੰਗ ਕਰਕੇ ਤੇ ਉਹਨਾਂ ਨੂੰ ਨਾਲ ਰਲਾ ਲਿਆ ਜੀ। ਜਦੋਂ ਉਹਨਾਂ ਨੇ ਇਹਨਾਂ ਨੂੰ ਨਾਲ ਰਲਾ ਲਿਆ ਤੇ ਆਪਣਾ ਕੀ ਹੋਇਆ ਵੀ ਅਸੀਂ ਉਸ ਵੇਲੇ ਰਕਾਬਗੰਜ ਬੈਠੇ ਸਾਂ ਜਿਹੜੇ ਨੌਨ ਪੋਲੀਟੀਕਲ ਲੋਕ ਸੀਗੇ, ਉਸ ਵੇਲੇ ਅਸੀਂ ਤਕਰੀਬ 45 ਆਰਗੇਨਾਈਜੇਸ਼ਨ ਸੀਗੀਆਂ ਠੀਕ ਨੈਸ਼ਨਲ ਲੈਵਲ ਤੇ, ਅਸੀਂ ਇਹੀ ਤਰਲੇ ਕਰਦੇ ਰਹੇ ਵੀ ਮੋਰਚਾ ਤੋਂ ਫਾੜ ਨਾ ਹੋਵੇ, ਇਹਨਾਂ ਨੂੰ ਵਿੱਚ ਇਸ ਢੰਗ ਨਾਲ ਨਾ ਲਵੋ, ਕਿਉਂਕਿ ਜਿਨ੍ਹਾਂ ਨੇ ਇਲੈਕਸ਼ਨਾਂ ਲੜ ਲਈਆਂ ਇਹਦੇ ਨਾਲ ਮੋਰਚੇ ਨੂੰ ਔਰ ਕਿਸਾਨੀ ਸੰਘਰਸ਼ ਨੂੰ ਸਾਡੇ ਅਕਸ ਨੂੰ ਬੜੀ ਵੱਡੀ ਢਾਹ ਲੱਗੀ ਹੈ ਜੀ। ਬਸ ਫਿਰ ਉਸ ਤੋਂ ਬਾਅਦ ਨੈਚੁਰਲੀ ਗੱਲ ਹੈ
ਕਿ ਜਦੋਂ ਇਹਨਾਂ ਨੇ ਐਸ ਕੇ ਐਮ ਦਾ ਜੋ ਮੁਹਾਂਦਰਾ ਸੀ ਉਹਨੂੰ ਵਿਗਾੜ ਦਿੱਤਾ ਤੇ ਫਿਰ 12 ਜੁਲਾਈ ਨੂੰ ਦਿੱਲੀ ਸਾਡੀਆਂ ਜੋ 45 ਆਰਗੇਨਾਈਜੇਸ਼ਨ ਸੀਗੀਆਂ ਉਹਨਾਂ ਨੇ ਇਕੱਠਿਆਂ ਹੋ ਕੇ ਤੇ ਅਸਲ ਜੋ ਐਸ ਕੇ ਐਮ ਸੀ ਉਹਦੀ ਗੱਲ ਕੀਤੀ ਕਿ ਉਹ ਤਾਂ ਭਾਈ ਹੁਣ ਰਾਜਨੀਤਿਕ ਐਸ ਕੇ ਐਮ ਬਣ ਗਿਆ ਜਿਹੜੀ ਮੈਂ ਗੱਲ ਕਰ ਰਿਹਾ ਵਾ ਐਸ ਕੇ ਐਮ ਨੋਨ ਪੋਲੀਟੀਕਲ ਸੀ ਜਿਸ ਨੂੰ ਲੈ ਕੇ ਅਸੀਂ ਇਹਨਾਂ ਨੇ ਹੁਣ ਵਿੱਚੋਂ ਹੀ ਨਿਕਲ ਕੇ ਵੱਖਰੇ ਹੋਏ ਆਪੇ ਹੀ ਇਹਨਾਂ ਨੂੰ ਸਸਪੈਂਡ ਕੀਤਾ ਕੁਝ ਬੰਦਿਆਂ ਨੇ ਇਹਨਾਂ ਨੂੰ ਵਿੱਚੋਂ ਮਾਨਤਾ ਦੇ ਦਿੱਤੀ ਜਦਕਿ ਸਾਰਿਆਂ ਨੇ ਨਹੀਂ ਦਿੱਤੀ ਤੇ ਉਹ ਫਿਰ ਹੁਣ ਉੱਥੇ ਰੌਲਾ ਪਾਈ ਜਾਂਦੇ ਨੇ ਜੀ ਇਹ ਐਸ ਕੇ ਐਮ ਦੀ ਕਾਲ ਨਹੀਂ ਹੈਗੀ ਅਸਲ ਦੇ ਵਿੱਚ ਤਾਂ ਇਹ ਪੋਲੀਟੀਕਲ ਲੋਕ ਨੇ ਇਹ ਹੀ ਐਸ ਕੇ ਐਮ ਨਹੀਂ ਹੈਗਾ ਨਾ ਹੁਣ ਐਸ ਕੇ ਐਮ ਦਾ ਇਹ ਸੂਲ ਇਹ ਥੋੜ੍ਹੀ ਹੈ ਕਿ ਤੁਸੀਂ ਜਦੋਂ ਚਾਹੇ ਚੋਣਾਂ ਲੜ ਲਓ ਜਦੋਂ ਚਾਹੇ ਤੁਸੀਂ ਕਿਸਾਨ ਆਗੂ ਬਣ ਜਾਓ ਠੀਕ ਠੀਕ ਨਹੀਂ ਉਹ ਮਤਲਬ ਉਹਨਾਂ ਵੱਲੋਂ ਇਹ ਹੈ ਕਿ ਐਸ ਕੇ ਐਮ ਜਿਹੜਾ ਵਾ ਉਹਨਾਂ ਨੇ ਵੀ ਇਹ ਕਾਲ ਦੇਣੀ ਹੈ ਪਰ ਦੇਣੀ ਉਦੋਂ ਮੈਂ ਪਹਿਲਾਂ ਪਿੰਡ ਪੱਧਰ ਤੇ ਸਾਡੀ ਇਹ ਪਲੈਨਿੰਗ ਚੱਲਦੀ ਪਈ ਹੈ ਤੇ ਸਾਰਿਆਂ ਨੂੰ ਜੋੜ ਕੇ ਵੇਖੋ ਜੀ ਉਹਨਾਂ ਦੇਣੀ ਨਹੀਂ ਕਾਲ ਉਹ ਕਿਹੜੇ ਮੂੰਹ ਨਾਲ ਕਾਲ ਦੇਣਗੇ ਲੋਕੀ ਤਾਂ ਇਹ ਜਵਾਬ ਪੁੱਛਦੇ ਪਏ ਆ ਵੀ ਤੁਸੀਂ ਉਦੋਂ ਚੋਣਾਂ ਲੜਨ ਦੇ ਚਾਹ ਨੂੰ ਭੱਜ ਕੇ ਆਏ ਕਿਉਂ ਜੇ 15 ਦਿਨ ਹੋਰ ਬਹਿ ਜਾਂਦੇ ਤਾਂ ਇਹ ਦੇਣੀ ਨਾ ਦੇਖਣੇ ਪੈਂਦੇ ਹਾਂਜੀ ਹਾਂਜੀ ਉਦੋਂ ਬਾਅਦ ਉਹ ਤਾਂ ਸਿਰਸਾ ਦੇ ਨੇ ਬਿਆਨ ਦਿੱਤਾ ਸੀਗਾ ਠੀਕ ਹੈ ਨਾ ਹੁਣ ਇਹਦੇ 'ਚ ਵੇਖੋ ਨਾ ਤੁਸੀਂ ਅਸੀਂ ਜਦੋਂ ਮਤਲਬ ਇੱਕ ਸਾਫ਼ ਤੇ ਸਪਸ਼ਟ ਗੱਲ ਇਹ ਹੈ ਕਿ ਜਦੋਂ ਉੱਥੋਂ ਮੋਰਚਾ ਉੱਠ ਕੇ ਆਇਆ ਤੇ ਮੋਰਚਾ ਉੱਠ ਕੇ ਆਇਆ ਤੇ ਆਏ ਉਦੋਂ ਹੀ ਉੱਥੋਂ ਲੜ ਝਗੜ ਗਏ ਸੀਗੇ ਇੱਕ ਦੂਜੇ ਦੇ ਨਾਲ ਅਸੀਂ ਉੱਠਣਾ ਨਹੀਂ ਚਾਹੁੰਦੇ ਇਹ ਕੁਝ ਉੱਠਣਾ ਚਾਹੁੰਦੇ ਸੀ ਇਹ ਜਦੋਂ ਉੱਥੋਂ ਉੱਥੇ ਕਲੇਸ਼ ਪਿਆ ਤੇ ਇਹ ਇੱਧਰ ਨੂੰ ਆ ਗਏ ਤੇ ਫਿਰ ਹੁੰਦਾ ਉੱਥੇ ਕੀ ਹੈ ਵੀ ਜਦੋਂ ਆਉਂਦੇ ਆ ਤੇ 13 ਦਸੰਬਰ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੀਆਂ ਜਥੇਬੰਦੀਆਂ ਹਾਂਜੀ ਸ਼੍ਰੋਮਣੀ ਕਮੇਟੀ ਤੋਂ ਮਾਨ ਸਤਿਕਾਰ ਲੈਂਦੀਆਂ ਜੀ ਜੀ ਔਰ ਅਸੀਂ ਮੈਂ ਔਰ ਸਮੇਤ ਡੱਲੇਵਾਲ ਸਮੇਤ ਬਲਦੇਵ ਸਿੰਘ ਸਿਰਸਾ ਸਮੇਤ ਵਿੱਚ ਗੁਜਰਾਤ ਦੇ ਸਮੇਤ ਵਿੱਚ ਰਾਜਸਥਾਨ ਦੇ ਹਰਿਆਣੇ ਦੇ ਆਗੂ ਸੀਗੇ ਜਿਹੜੇ ਅਸੀਂ 17 ਦਸੰਬਰ ਨੂੰ ਮੱਥਾ ਟੇਕਣ ਗਏ ਠੀਕ ਵਖਰੇਵੇਂ ਤਾਂ ਉਦੋਂ ਹੀ ਪੈਣੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਇਹ ਲੋਕ ਜਦੋਂ ਸਿਧਾਂਤ ਤੋਂ ਉਲਟ ਚਲ ਗਏ ਤੇ ਅਸੀਂ ਸੋਚਿਆ ਤੁਸੀਂ ਲਓ ਮਾਨ ਸਤਿਕਾਰ ਯਾਰ ਤੁਸੀਂ ਤਾਂ ਚੋਣਾਂ ਲੜਨ ਦੇ ਚੱਕਰ ਦੇ ਵਿੱਚੋਂ ਤੁਸੀਂ ਤਾਂ ਉੱਥੇ ਉੱਠ ਕੇ ਭੱਜ ਕੇ ਆਏ ਹੋ ਤੁਸੀਂ ਤਾਂ ਲੋਕਾਂ ਨਾਲ ਧੋਖਾ ਕਰਕੇ ਆਏ ਹੋ ਆ ਤਾਂ ਲੋਕਾਂ ਨੂੰ ਸਮਝ ਨਹੀਂ ਲੱਗਣ ਦੀ ਜਿਹੜੇ ਹਾਰ ਪਾਉਣ ਡੇ ਆ ਤੁਹਾਡੇ ਉੱਪਰੋਂ ਇੱਥੇ ਤੁਹਾਡੇ ਪੈਰਾਂ 'ਚ ਫੁੱਲ ਵਿਛਾਉਣ ਡੇ ਠੀਕ ਹੁਣ ਜਦੋਂ ਲੋਕਾਂ ਨੂੰ ਪਤਾ ਲੱਗਾ ਜਾਂ ਜਦੋਂ ਸਾਨੂੰ ਅਸਰੀਅਤ ਪਤਾ ਸੀ ਤੇ ਫਿਰ ਅਸੀਂ ਕਿੱਦਾਂ ਕਰ ਸਕਦੇ ਸੀ ਉਹ ਤੇ ਹੁਣ ਐਵੇਂ ਹੀ ਮਤਲਬ ਉਹ ਜਿਸ ਵੀ ਢੰਗ ਦੇ ਨਾਲ ਹੁਣ ਇਹ ਤਾਂ ਸੰਯੁਕਤ ਮੋਰਚੇ ਨੂੰ ਜਿੱਦਾਂ ਮਰਜ਼ੀ ਹੁਣ ਇਹ ਕਰੀ ਜਾਣ ਇਹਨਾਂ ਦੇ ਹੁਣ ਸਾਡੇ ਨਾਲ ਗੱਲ ਆਉਂਦੀ ਹੈ ਰਲੇਵੇਂ ਦੀ ਗੱਲ ਕਰੋ ਅਸੀਂ ਹੁਣ ਮਤਲਬ ਵਧੇਰੇ ਉਹਨਾਂ ਨਾਲ ਰਲੇਵਾਂ ਕਰ ਲਿਆ ਹਾਂਜੀ ਹਾਂਜੀ ਕੀਤਾ ਪਰ ਹੁਣ ਇਹਨਾਂ ਨਾਲ ਸਾਡਾ ਜਿਹੜਾ ਉਹ ਨਹੀਂ ਹੋਣਾ ਵੀ ਹੁਣ ਇਹਨਾਂ ਨੂੰ ਕਿੱਦਾਂ ਬਿਠਾਵਾਂਗੇ ਵਿੱਚ ਉਹਨਾਂ ਲੋਕਾਂ ਕਹਿਣਾ ਕਿ ਇਹ ਉਹੀ ਨੇ ਜਿਹੜੇ ਤੁਹਾਨੂੰ ਮਤਲਬ ਉਦੋਂ ਜ਼ਬਰਦਸਤੀ ਮੰਨ ਲਓ ਤੁਸੀਂ ਜਾਂਦੇ ਹੋ ਤੇ ਜੇ ਬਾਅਦ ਵਿੱਚ ਤੁਹਾਡੀ ਇਹ ਹਮਾਇਤ ਕਰਦੇ ਆ ਜਦੋਂ 13 ਤਰੀਕ ਦੀ ਕਾਲ ਤੋਂ ਇਹ ਹਮਾਇਤ ਕਰਦੇ ਨੇ ਗੁਰੂ ਨਾਨਕ ਸਿੰਘ ਚਰੂਨੀ ਜਾਂ ਹੋਰ ਜਿਹੜੇ ਵੀ ਜਿਹੜੇ ਰਾਜਨੀਤਿਕ ਤੁਸੀਂ ਕਹਿ ਰਹੇ ਹੋ ਦਲ ਸੀਗੇ ਪਹਿਲਾਂ ਫਿਰ ਮਤਲਬ ਤੁਸੀਂ ਉਹ ਉਹਨਾਂ ਨੂੰ ਕਰੋਗੇ ਸਤਿਕਾਰ ਕੇ ਜਾਂ ਨਹੀਂ ਨਹੀਂ ਦੇਖੋ ਇਹ ਆਪਣੇ ਢੰਗ ਨਾਲ ਬੈਠ ਸਕਦੇ ਆ ਸਾਡਾ ਮੋਰਚੇ ਦਾ ਕੋਈ ਫੈਸਲਾ ਨਹੀਂ ਹੈਗਾ ਇਹਨਾਂ ਨੂੰ ਨਾਲ ਲੈ ਕੇ ਚੱਲਣ ਦਾ ਠੀਕ ਸਾਡਾ ਕੋਈ ਵਿਚਾਰ ਨਹੀਂ ਹੈਗਾ ਕਿਉਂਕਿ ਉਹਦੇ ਨਾਲ ਸਾਡੇ ਨੋਨ ਪੋਲੀਟੀਕਲ ਦੇ ਅਕਸ ਨੂੰ ਢਾਹ ਲੱਗਦੀ ਹੈ ਬਾਕੀ ਸਪੋਰਟ ਕੋਈ ਵੀ ਕਰ ਸਕਦਾ ਬਾਹਰੋਂ ਸਪੋਰਟ ਕੋਈ ਵੀ ਕਰ ਸਕਦਾ ਵਾ ਉਸ ਦੇ ਲਈ ਤਾਂ ਮਤਲਬ ਵੈਲਕਮ ਹੈ ਹਰੇਕ ਦੀ ਆਪਣੀ ਮਰਜ਼ੀ ਹੈ ਹੁਣ ਜਦੋਂ ਪਿੱਛੇ ਉਦੋਂ 2020 ਚ ਮੋਰਚਾ ਲੱਗਿਆ ਸੀ ਤੇ ਜੋਗਿੰਦਰ ਸਿੰਘ ਉਹ ਗ੍ਰਾਹਾਂ ਦੀ ਜਥੇਬੰਦੀ 3 ਦਿਨ ਬਾਅਦ ਪਹੁੰਚੀ ਸੀ ਉੱਥੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ ਜਿਹੜਾ ਪੰਜਾਬ ਲੈਵਲ ਤੇ ਜਿਹੜਾ ਸਾਡਾ ਮੀਟਿੰਗ ਹੁੰਦੀ ਸੀ ਉਹਦਾ ਉਹੀ ਸਹੀ ਨਹੀਂ ਸੀ ਲੇਕਿਨ ਜਿਹੜੀ ਨੈਸ਼ਨਲ ਲੈਵਲ ਤੇ ਗੱਲ ਹੁੰਦੀ ਸੀ ਉਹਦਾ ਉਹੀ ਸਾਚੀਗਾ ਠੀਕ ਮੈਂ ਜਾਣ ਕੇ ਆਗੂ ਤੌਰ ਤੇ ਨਹੀਂ ਤੁਸੀਂ ਵੇਖ ਸਕਦੇ ਉਦਾਂ ਜਿਹੜਾ ਮਰਜ਼ੀ ਸਪੋਰਟ ਕਰੇ ਮਤਲਬ ਆਗੂ ਤੌਰ ਤੇ ਅਸੀਂ ਮਤਲਬ ਸਾਡਾ ਜਿਹੜਾ ਅੱਜ ਦੀ ਤਰੀਕ ਤੱਕ ਨਜ਼ਰੀਆ ਵਾ ਉਹ ਇਹਨਾਂ ਦੇ ਪ੍ਰਤੀ ਪੋਲੀਟੀਕਲ ਪਾਰਟੀਆਂ ਵਾਲਾ ਹੀ ਸਾਡਾ ਨਜ਼ਰੀਆ ਇਹਨਾਂ ਦੇ ਪ੍ਰਤੀ ਤੁਸੀਂ ਤਾਂ ਉਹਨਾਂ ਤੋਂ ਵੀ ਮਾੜੇ ਨਿਕਲੇ ਹੋ ਤੁਸੀਂ ਕਹਿੰਦੇ ਭਾਵ ਵੀ ਜਿਹੜਾ ਯਾਰ ਤੁਸੀਂ ਇਸ ਢੰਗ ਦੇ ਨਾਲ ਤੁਸੀਂ ਪੇਸ਼ ਆਏ ਅਸੀਂ ਮਤਲਬ ਪ੍ਰੈਸ਼ਰ ਗਰੁੱਪ ਵਜੋਂ ਸਾਰੇ ਕੰਮ ਕਰਵਾ ਰਹੇ ਹਾਂ ਜੋ 3 ਕਾਨੂੰਨ ਵੀ ਰੱਦ ਹੋਏ ਤੇ ਪ੍ਰੈਸ਼ਰ ਗਰੁੱਪ ਵਜੋਂ ਰੱਦ ਹੋਏ ਸੀ ਉਹ ਕਿਹੜੇ MLA ਨੇ ਬਣ ਕੇ ਕਰਵਾਤੇ ਸੀ ਬਿਲਕੁਲ ਬਿਲਕੁਲ
ਹਨਾ, ਉਸ ਵੇਲੇ ਲਾਲਚ ਚ ਆ ਕੇ ਇਹਨਾਂ ਨੇ ਸਾਨੂੰ ਸਿਰਫ ਇਹਨਾਂ ਦੀ ਉਹ ਲਾਲਚ ਵਾਲੀ ਲੋਭ ਵਾਲੀ ਜਿਹੜੀ ਨੀਤੀ ਸੀ ਉਹ ਨੀ ਸੀ ਪਸੰਦ, ਹੁਣ ਲੋਕਾਂ ਨੇ ਇਹਨਾਂ ਨੂੰ ਨਕਾਰਿਆ। ਤੁਸੀਂ ਦੇਖੋਗੇ ਕਿ ਕੁਝ ਜਥੇਬੰਦੀਆਂ ਏਦਾਂ ਦੀਆਂ ਨੇ ਜਿਨ੍ਹਾਂ ਨੇ ਆਪਣੇ ਲਾਲ ਤੋਂ ਝੰਡਿਆਂ ਦੇ ਰੰਗ ਹਰੇ ਕਰ ਲਏ ਜੀ, ਠੀਕ ਹੈ, ਤੇ ਉਹਦਾ ਮਤਲਬ ਇਹ ਸੀਗਾ ਕਿ ਲੋਕਾਂ ਨਕਾਰਿਆ ਨਾ ਕਿਸੇ ਇੱਕ ਵਰਗ ਨੂੰ, ਅਸੀਂ ਇਹਨਾਂ ਲੋਕਾਂ ਨੂੰ ਨਹੀਂ ਮਤਲਬ ਪਸੰਦ ਕਰਦੇ ਇਹ ਮਤਲਬ ਇਸ ਢੰਗ ਨਾਲ। ਤੇ ਫਿਰ ਹੁਣ ਜਿਹੜੇ ਹੁਣ ਮੰਨ ਲਓ ਆਪਣੀਆਂ ਨੀਤੀਆਂ ਜਿਹਨਾਂ ਨੂੰ ਝੰਡਿਆਂ ਦੇ ਰੰਗ ਬਦਲਣੇ ਪੈ ਜਾਣ, ਫਿਰ ਲੋਕ ਉਹਨਾਂ ਨੂੰ ਕਿੱਦਾਂ ਆਪਣੇ ਨਕਲ ਝੰਡਿਆਂ ਦੇ ਰੰਗ ਬਦਲਣਾ, ਜਾਣੀ ਕਿ ਕਮਿਊਨਿਸਟ ਤੁਸੀਂ ਕਹਿ ਰਹੇ ਹੋ ਵੀ ਕਮਿਊਨਿਸਟ ਵਿੱਚ ਆਧਾਰਾ ਤੋਂ ਸਾਈਡ ਕੀਤਾ ਉਹਨਾਂ ਨੇ ਕਿਨਾਰਾ, ਨੈਚੁਰਲੀ ਕਿਨਾਰਾ ਨਹੀਂ ਉਹ ਕਰ ਸਕਦੇ ਕਦੇ ਵੀ, ਕਿਨਾਰਾ ਵੀ ਨਹੀਂ ਕਰ ਸਕਦੇ, ਮਤਲਬ ਇੱਕ ਲੋਕਾਂ ਦੇ ਹਿਸਾਬ ਦੇ ਨਾਲ ਮਖੌਟਾ ਪਾਇਆ ਨਾ, ਅੱਖ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੀਆਂ ਪੱਗਾਂ ਦੇ ਰੰਗ ਵੀ ਜਿਹੜੇ ਆ ਉਹ ਲਾਲ ਹੁੰਦੇ ਸੀ, ਗਲਾਂ ਦੇ ਸਾਕੇ ਵੀ ਉਹਨਾਂ ਦੇ ਲਾਲ ਹੁੰਦੇ ਸੀ, ਅੱਜ ਉਹਨਾਂ ਝੰਡਿਆਂ ਦੇ ਰੰਗ ਵੀ ਬਦਲੇ, ਦੋ ਯੂਨੀਅਨਾਂ ਦੋਨਾਂ ਦੇ ਝੰਡੇ ਲਾਲ ਹੁੰਦੇ ਸੀ, ਦੋਨਾਂ ਨੇ ਆਪਣੇ ਝੰਡਿਆਂ ਦੇ ਰੰਗ ਜਿਹੜੇ ਉਹ ਬਦਲੇ, ਯੂਨੀਅਨ ਦੱਸ ਸਕਦੇ ਨਾਮ ਦੱਸ ਸਕਦੇ ਤੁਸੀਂ ਉਹਨਾਂ ਦਾ ਹਸ਼ਰ ਹੋਇਆ, ਮੈਂ ਨਾ ਕਿਸੇ ਵੇਲੇ ਫਿਰ ਲਊਂਗਾ ਕਿਸੇ ਵੇਲੇ, ਜੋ ਉਹਨਾਂ ਦਾ ਦਿੱਲੀ ਮੋਰਚੇ 'ਚ ਹਸ਼ਰ ਹੋਇਆ ਲੋਕੀ ਉੱਥੇ ਦੇਖਣਾ ਨਹੀਂ ਸੀ ਚਾਹੁੰਦੇ, ਲੋਕਾਂ ਨੇ ਸਟੇਜ ਤੋਂ ਆਗੂ ਲਾਏ ਉਹ ਮੁੜ ਕੇ ਅੱਜ ਤੱਕ ਉਹ ਮੁੜ ਕੇ ਆਗੂ ਜਾ ਕੇ ਕਿਸੇ ਸਾਂਝੀ ਸਟੇਜ 'ਤੇ ਨਹੀਂ ਚੜੇ। ਠੀਕ ਠੀਕ, ਅਤੇ ਇਹ ਸੰਦੇਸ਼ ਹੈ ਜੀ, ਕਿੰਨੀਆਂ ਜਥੇਬੰਦੀਆਂ ਜਿਹੜੀਆਂ ਹੁਣ ਤੁਹਾਡੀਆਂ ਜਿਹੜੀਆਂ ਗੈਰ ਰਾਜਨੀਤਿਕ ਨੀਤੀ ਜਿਹੜੀਆਂ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਇਹ ਕਾਲ ਦੇ ਉੱਤੇ ਸਾਡੇ ਨਾਲ ਸੰਗਠਨ ਚੱਲ ਰਹੇ ਨੇ, ਸੋ ਇਸ ਕਰਕੇ ਜਿਹਦੇ ਚੋਂ ਅਸੀਂ 17 ਅਸੀਂ ਪੰਜਾਬ ਚੋਂ, ਉਹ ਪੰਨੂ ਭਦੇਰ ਵਾਲੇ ਜਿਹੜੇ ਉੱਤਰੀ ਭਾਰਤ ਵਾਲੀਆਂ ਨੇ ਉਹ ਨਾਲ ਵੱਖਰੀਆਂ। ਠੀਕ ਹੈ ਠੀਕ, ਤੇ ਇੱਕ ਸਵਾਲ ਹੋਰ ਲੈਣਾ ਚਾਹਾਂਗੇ ਵੀ ਜੇਕਰ ਮੰਨ ਲਓ 13 ਤਰੀਕ ਵਾਲੇ ਦਿਨ ਤੇ ਪੁਲਿਸ ਦੇ ਨਾਲ ਜਾਂ ਪ੍ਰਸ਼ਾਸਨ ਨਾਲ ਕੋਈ ਟਕਰਾਅ ਹੁੰਦਾ ਵਾ, ਤੇ ਫਿਰ ਮਤਲਬ ਉਹਦਾ ਕੀ ਹੋਏਗਾ ਕਿ ਤੁਸੀਂ ਉੱਥੇ ਰੁਕੋਗੇ ਜਾਂ ਇੱਕ ਮੰਜ਼ਿਲ ਹੈ ਕਿ ਨਹੀਂ ਆਪਾਂ ਪਹੁੰਚਣਾ ਹੀ ਪਹੁੰਚਣਾ ਟਕਰਾਅ ਨੂੰ? ਦੇਖੋ ਯਤਨ ਤੇ ਹੋਣਗੇ ਆਪਣੇ ਮਤਲਬ ਪੂਰੇ ਸਾਰਥਿਕ ਯਤਨ ਟਕਰਾਅ ਤੋਂ ਬਿਨਾਂ, ਅਸੀਂ ਮਤਲਬ ਅੱਗੇ ਹਰ ਢੰਗ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ। ਠੀਕ, ਇਨ ਕੇਸ ਕੋਈ ਇੱਦਾਂ ਦੇ ਹਾਲਾਤ ਬਣਦੇ ਆ ਜਿਵੇਂ ਹੁਣ ਮੰਨ ਲਓ ਆਪਾਂ ਹਰਿਆਣੇ ਤੋਂ ਪਿਛਲੀ ਵਾਰ ਨਿਕਲ ਗਏ ਸੀ, ਦੇਖਣ ਅੱਗੇ ਜਾ ਕੇ ਜਦੋਂ ਉੱਥੇ ਆਪਾਂ ਪਹੁੰਚੇ ਆ ਕੁੰਡਲੀ ਜਦੋਂ ਅਸੀਂ ਪਹੁੰਚੇ ਆ, ਹਾਂਜੀ ਹਾਂਜੀ, ਉੱਥੇ ਦੇ ਸਾਰੇ ਕੁੱਲ ਮਿਲਾ ਕੇ ਹਾਲਾਤ ਵੇਖ ਕੇ ਅਸੀਂ ਉੱਥੇ ਬੈਠਣ ਦਾ ਹੀ ਫੈਸਲਾ ਲੈ ਰਹੇ ਹਾਂ। ਠੀਕ, ਤੇ ਹੁਣ ਵੀ ਮੈਨੂੰ ਇਹ ਗੱਲ ਲੱਗਦੀ ਹੈ ਕਿ ਜੇਕਰ ਆਪਾਂ ਮੰਨ ਲਓ ਹਰਿਆਣੇ ਦੇ ਵਿੱਚ ਐਂਟਰ ਨਹੀਂ ਕਰਦੇ, ਮੰਨ ਲਓ ਕੋਈ ਜ਼ਿਆਦਾ ਸਖਤੀ ਹੁੰਦੀ ਹੈ, ਮੰਨ ਲਓ ਵਾਲੀ ਗੱਲ ਹੈ, ਹਾਂਜੀ ਹਾਂਜੀ, ਤਾਂ ਇਹ ਜਿਸ ਢੰਗ ਨਾਲ ਐਤਕੀ ਜਥੇਬੰਦੀਆਂ ਨੇ ਵੀ ਬੁੰਦਬੰਦੀ ਕੀਤੀ ਹੈ ਇਹਦੇ ਨਾਲ ਨਾਲ, ਫਿਰ ਵੇਖੋ ਹਰਿਆਣਾ ਵੀ ਤਾਂ ਜਿਹੜਾ ਰਾਜ ਹੈ ਉਹ ਉੱਥੇ ਬੀਜੇਪੀ ਦਾ ਰਾਜ ਹੈ ਨਾ, ਜੇਕਰ ਹਰਿਆਣੇ ਨੂੰ ਉੱਥੇ ਕੋਈ ਪਬਲਿਕ ਨੂੰ ਜੇ ਕੋਈ ਪਰੇਸ਼ਾਨੀ ਹੋਈ, ਜੇ ਕੋਈ ਰੋਡ ਬੰਦ ਕਰਨ ਨਾਲ ਕੋਈ ਇਹੋ ਜਿਹੀ ਗੱਲ ਬਣਦੀ ਹੈ ਤਾਂ ਉਹਦਾ ਫਿਰ ਜਿਹੜਾ ਮਾੜਾ ਪ੍ਰਭਾਵ ਹੈ ਉਹ ਗਵਰਨਮੈਂਟ ਦੇ ਜਾਊਗਾ ਨਾ, ਜਾਊਗਾ ਤੇ ਗਵਰਨਮੈਂਟ ਦੇ ਹੀ। ਅਸੀਂ ਤਾਂ ਜਾਣਾ ਚਾਹੁੰਦੇ ਹਾਂ, ਵੇਖੋ ਜਿਹੜਾ ਵੀ ਹੁੰਦਾ ਨਾ ਪ੍ਰੋਟੈਸਟ, ਪ੍ਰੋਟੈਸਟ ਤਾਂ ਸ਼ਾਂਤ ਨਹੀਂ ਹੁੰਦਾ, ਅਸੀਂ ਤਾਂ ਉਦੋਂ ਵੀ ਜੰਤਰ ਮੰਤਰ ਤੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਸਹੀ ਸਾਨੂੰ ਮਤਲਬ ਜਿਹੜਾ ਹੈਗਾ ਅੱਗੇ ਜਾਣ ਦਿਓ, ਜਿੱਥੇ ਅਸੀਂ ਪ੍ਰਦਰਸ਼ਨ ਕਰਦੇ ਹਾਂ ਸਾਨੂੰ ਪ੍ਰਦਰਸ਼ਨ ਕਰਨ ਦਿਓ, ਸਾਨੂੰ ਉੱਥੇ ਜਾਣ ਦਿਓ। ਤੇ ਫਿਰ ਜੇ ਕਿਤੇ ਵੀ ਰੋਕ ਕੇ ਮੰਨ ਲਓ ਕੋਈ ਜ਼ਬਰਦਸਤੀ ਕੋਈ ਉਹ ਬਿਠਾਉਂਦੀ ਹੈ ਤਾਂ ਉਹਦੇ ਲਈ ਫਿਰ ਜ਼ਿੰਮੇਵਾਰ ਤਾਂ ਸਰਕਾਰਾਂ ਹੀ ਆ, ਨਹੀਂ ਫਿਰ ਉੱਥੇ ਬੈਠਾ ਜਾਊਗਾ ਜਾਂ ਵਾਪਸ ਪਰਤਿਆ ਜਾਊਗਾ, ਕਹਿਣ ਤੋਂ ਮਤਲਬ ਇਹ ਹੈ। ਨਹੀਂ ਵਾਪਸੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਵਾਪਸੀ ਵਾਲੀ ਗੱਲ ਨਹੀਂ, ਮਤਲਬ ਮੋਰਚਾ ਤਾਂ ਮਤਲਬ ਪੱਕੇ ਦੇ ਹਿਸਾਬ ਨਾਲ ਹੀ ਜਾ ਰਿਹਾ ਵਾ ਜੀ, ਇਹ ਫਿਰ ਜਿੱਥੇ ਵੀ ਕਿਤੇ ਕੋਈ ਇਹੋ ਜਿਹਾ ਮਾਹੌਲ ਬਣੂਗਾ ਉੱਥੇ ਉੱਥੇ ਹੀ ਫਿਰ ਕਿਸਾਨਾਂ ਨੇ ਡਰ ਜਾਣਾ ਜੀ। ਚਲੋ ਠੀਕ ਹੈ ਜੀ, ਚਲੋ ਸਰ ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ।